ਇਹ ਤਸਵੀਰਾਂ ਸੰਗਰੂਰ ਦੇ ਦਿੜਬਾ ਦੀ ਰਹਿਣ ਵਾਲੀ ਸਹਿਜਵੀਰ ਕੌਰ ਅਤੇ ਬਠਿੰਡਾ ਦੀ ਰਾਜਵੀਰ ਦੀਆਂ ਨੇ ਜੋ ਨਿਊਜ਼ੀਲੈਂਡ 'ਚ ਪੜ੍ਹਾਈ ਕਰਨ ਗਈਆਂ ਸਨ। ਇਹਨਾਂ ਦੋਵਾਂ ਕੁੜੀਆਂ ਨੇ ਨਿਊਜ਼ੀਲੈਂਡ 'ਚ ਅਜਿਹਾ ਕੰਮ ਕੀਤਾ ਕਿ ਪੂਰੀ ਦੁਨੀਆ ਦੇ ਨਾਲ ਨਾਲ ਨਿਊਜ਼ੀਲੈਂਡ ਪੁਲਿਸ ਦੇ ਮੂੰਹ ਅੱਡੇ ਰਹਿ ਗਏ। ਜਿਸ ਤੋਂ ਬਾਅਦ ਸਹਿਜਵੀਰ ਦੇ ਦਿੜਬਾ ਸਥਿਤ ਉਸਦੇ ਸਹੁਰਾ ਪਰਿਵਾਰ ਦਾ ਘਰ ਚਰਚਾ 'ਚ ਆ ਗਿਆ। ਅਸਲ 'ਚ ਸਹਿਜਵੀਰ ਅਤੇ ਰਾਜਵੀਰ ਸਟੱਡੀ ਵੀਜ਼ੇ ਤੇ ਨਿਊਜ਼ੀਲੈਂਡ ਗਈਆਂ ਹੋਈਆਂ ਨੇ, ਜਿੱਥੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ 'ਚ ਉਹਨਾਂ ਨੂੰ ਰਾਹ 'ਚ ਇੱਕ ਡਿੱਗਿਆ ਹੋਇਆ ਲਾਵਾਰਿਸ ਬੈਗ ਮਿਲਿਆ। ਜਦੋਂ ਦੋਵਾਂ ਦੀ ਨਜ਼ਰ ਇਸ ਬੈਗ ਤੇ ਪਈ ਤਾਂ ਉਸ ਵੇਲੇ ਦੋਵਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਬੈਗ 'ਚ $45,000 ਅਤੇ ਦੋ ਚੈੱਕ ਕੈਸ਼ ਇਨ ਹੈਂਡ ਵਾਲੇ ਮਿਲੇ। ਜੇਕਰ ਦੋਵੇਂ ਚਾਹੁੰਦੀਆਂ ਤਾਂ ਇਹ ਦੋਵੇਂ ਬੈਗ ਰੱਖ ਸਕਦੀਆਂ ਸੀ, ਪਰ ਦੋਵਾਂ ਨੇ ਇਹ ਬੈਗ ਹੈਮਿਲਟਨ ਪੁਲਿਸ ਨੂੰ ਵਾਪਸ ਕਰ ਦਿੱਤਾ, ਜੋ ਰਕਮ ਇੰਡੀਅਨ ਕਰੰਸੀ ਮੁਤਾਬਕ ਲਗਭਗ 22 ਲੱਖ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ। ਇੱਕ ਦਿਨ ਮੈਂ ਤੇ ਮੇਰੇ ਫਰੈਂਡ ਰਾਜਵੀਰ ਅਸੀਂ ਦੋਨੋਂ ਕਾਲਜ ਜਾ ਰਹੇ ਸੀਗੇ। ਦੈਨ ਸਾਨੂੰ ਉੱਥੇ ਇੱਕ ਵੇਅਰ ਹਾਊਸ ਦੇ ਕੋਲ ਇੱਕ ਇਨਵੈਲਪ ਮਿਲਿਆ, ਉਹਦੇ ਵਿੱਚ ਕੁਛ ਕੈਸ਼ ਸੀਗਾ। ਦੈਨ ਅਸੀਂ ਕਾਲਜ ਗਏ ਅਤੇ ਜਦੋਂ ਉੱਥੇ ਜਾ ਕੇ ਅਸੀਂ ਵੇਖਿਆ ਤਾਂ ਉਹਦੇ ਵਿੱਚ ਕੁਛ ਕੈਸ਼ ਐਂਡ ਇੱਕ ਚੈੱਕ ਸੀਗਾ। ਦੈਨ ਅਸੀਂ ਟਿਊਟਰ ਕੋਲ ਗਏ ਬਿਕੋਜ਼ ਅਸੀਂ ਘਬਰਾ ਗਏ ਵੀ ਹੁਣ ਅਸੀਂ ਇਸ ਦਾ ਕੀ ਕਰੀਏ। ਦੈਨ ਅਸੀਂ ਟਿਊਟਰ ਕੋਲ ਗਏ, ਦੈਨ ਟਿਊਟਰ ਨੇ ਸਾਨੂੰ ਸੁਜੈਸਟ ਕੀਤਾ ਵੀ ਤੁਸੀਂ ਪੁਲਿਸ ਕੋਲ ਜਾਓ। ਦੈਨ ਅਸੀਂ ਪੁਲਿਸ ਕੋਲ ਟਿਊਟਰ ਦੇ ਨਾਲ ਹੀ ਅਸੀਂ ਪੁਲਿਸ ਕੋਲ ਗਏ। ਦੈਨ ਪੁਲਿਸ ਨੇ ਓਨਰ ਫਾਇੰਡ ਆਊਟ ਕੀਤਾ ਐਂਡ ਉਹਨਾਂ ਨੂੰ ਉਹਨਾਂ ਦੇ ਪੈਸੇ ਸੀ ਜੋ ਰਿਟਰਨ ਕਰਤੇ। ਦੈਨ ਅਸੀਂ ਬਹੁਤ ਹੈਪੀ ਹਾਂ ਕਿ ਜਿਹੜੇ ਪੈਸੇ ਸੀ ਉਹ ਉਹਦੇ ਸਹੀ ਓਨਰ ਕੋਲ ਚਲੇ ਗਏ ਐਂਡ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਐਂਡ ਐਜ਼ ਅ ਰਿਵਾਰਡ ਸਾਨੂੰ $100 ਦੇ ਕੇ ਸਨਮਾਨਿਤ ਕੀਤਾ। ਜਿਵੇਂ ਹੀ ਇਹ ਖਬਰ ਦਿੜਬਾ ਸਥਿਤ ਸਹਿਜਵੀਰ ਦੇ ਸਹੁਰਾ ਪਰਿਵਾਰ ਨੂੰ ਮਿਲੀ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਕਿ ਉਹਨਾਂ ਦੀ ਨੂੰਹ ਰਾਣੀ ਨੇ ਨਿਊਜ਼ੀਲੈਂਡ 'ਚ ਉਹਨਾਂ ਦੇ ਘਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਬਹੁਤ ਵੱਡੀ ਗੱਲ ਹੈ ਜੀ, ਬਹੁਤ ਖੁਸ਼ੀ ਹੈ। ਇਮਾਨਦਾਰੀਆਂ ਤਾਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ। ਸਾਨੂੰ ਬੜਾ ਮਾਣ ਹੈ ਇਸ ਗੱਲ ਦਾ, ਸਾਡੇ ਬੇਟੇ ਬੇਟੀ ਦੇ ਵੀ ਬਹੁਤ ਉਹਨਾਂ ਨੇ ਚੰਗਾ ਕੰਮ ਕਰਿਆ ਹੈ। ਜਦੋਂ ਉਹਨਾਂ ਨੇ ਇਹ ਜਿਹੜੇ ਡਾਲਰ ਵਾਪਸ ਕੀਤੇ ਤਾਂ ਤੁਹਾਡੇ ਨਾਲ ਗੱਲ ਕੀਤੀ, ਤੁਹਾਡਾ ਫੋਨ ਵਗੈਰਾ ਆਇਆ? ਹਾਂਜੀ, ਫੋਨ ਆਇਆ ਸੀ। ਅੱਛਾ, ਕਿਸ ਤਰ੍ਹਾਂ ਖੁਸ਼ੀ ਸਾਂਝੀ ਕੀਤੀ ਫਿਰ ਤੁਸੀਂ? ਹਾਂਜੀ, ਅਸੀਂ ਫਿਰ ਉਹਨਾਂ ਨੇ ਇਹੀ ਗੱਲ ਸਲਾਹ ਦਿੱਤੀ ਵੀ ਬਹੁਤ ਚੰਗਾ ਕੰਮ ਕਰਿਆ, ਬੜੀ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ। ਸਾਡਾ ਉਰੇ ਵੀ ਮਾਣ ਵਧਿਆ, ਉੱਥੇ ਵੀ ਵਧੀਆ ਹੋਇਆ। ਮੇਰੀ ਸੋਚ ਵੀ ਰਿਕਾਰਡ ਮੇਰੀ ਭਰਜਾਈ ਨੇ, ਇਹ 2019 ਦੇ ਨਵੰਬਰ ਮਹੀਨੇ 'ਚ ਗਏ ਤੇ ਨਿਊਜ਼ੀਲੈਂਡ ਆਪਣੀ ਪੜ੍ਹਾਈ ਵਾਸਤੇ, ਅਤੇ ਉੱਥੇ ਪੜ੍ਹਾਈ ਕਰਦੇ ਦੌਰਾਨ ਉਹਨਾਂ ਨੂੰ ਆਹ ਪਿਛਲੇ ਦਿਨੀ ਇੱਕ ਕੈਸ਼ ਨਾਲ ਭਰਿਆ ਬੈਗ ਮਿਲਿਆ, ਅਤੇ ਉੱਥੇ ਉਹਨਾਂ ਦੀ ਫਰੈਂਡ ਨੇ ਜਾ ਕੇ ਪੁਲਿਸ ਸਟੇਸ਼ਨ 'ਚ ਦੱਸਿਆ ਅਤੇ ਉਹਨਾਂ ਨੂੰ ਰਿਟਰਨ ਕੀਤਾ। ਅਤੇ ਇਸ ਗੱਲ ਨਾਲ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਸਾਨੂੰ ਇੱਧਰ ਵੀ ਅਤੇ ਉੱਥੇ ਉਹਨਾਂ ਨੂੰ ਵੀ ਲੋਕ ਆ ਕੇ ਐਪਰੀਸ਼ੀਏਟ ਕਰਦੇ ਨੇ, ਵਧਾਈ ਦਿੰਦੇ ਨੇ, ਅਤੇ ਸਾਡੇ ਮਤਲਬ ਪ੍ਰਾਊਡ ਆ ਸਾਨੂੰ ਮੇਰੀ ਆਪਣੀ ਭਰਜਾਈ ਦੀ। ਹਾਂਜੀ, ਇਹ ਗੱਲ ਤੋਂ ਸਿੱਧ ਹੁੰਦੇ ਹੀ ਆਪਣੀ ਇਮਾਨਦਾਰੀ ਦਿਖਦੀ ਹੈ। ਉਹਨਾਂ ਨੇ ਇੱਕ ਕੈਸ਼ ਨਾਲ ਭਰਿਆ ਹੋਇਆ ਬੈਗ ਰਿਟਰਨ ਕੀਤਾ, ਇੱਕ ਬਹੁਤ ਵੱਡੀ ਗੱਲ ਹੈ ਆਪਣੇ ਵਾਸਤੇ ਅਤੇ ਹੋਰ ਪੰਜਾਬੀਆਂ ਵਾਸਤੇ। ਫਿਲਹਾਲ ਸਹਿਜਵੀਰ ਅਤੇ ਰਾਜਵੀਰ ਕੌਰ ਦੀ ਇਮਾਨਦਾਰੀ ਨਾਲ ਜਿੱਥੇ ਨਿਊਜ਼ੀਲੈਂਡ 'ਚ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ, ਉੱਥੇ ਇੱਕ ਵਾਰ ਇਹ ਫੇਰ ਸਾਬਿਤ ਹੋ ਗਿਆ ਕਿ ਅਜੇ ਵੀ ਪੰਜਾਬੀ ਅਤੇ ਪੰਜਾਬਣ ਧੀਆਂ ਜਾਗਦੇ ਜ਼ਮੀਰਾਂ ਵਾਲੀਆਂ ਨੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।